ਦੋਸਤੋ, ਦੌਲਤ ਇੱਕ ਝਟਕੇ ਦੇ ਵਿੱਚ ਪਰ ਖੂਬਸੂਰਤੀ ਇੱਕ ਬਿਮਾਰੀ ਦੇ ਨਾਲ ਚਲੀ ਜਾਂਦੀ ਹੈ, ਇਸ ਲਈ ਸਾਨੂੰ ਕਦੇ ਵੀ ਇਹਨਾਂ ਦਾ ਘਮੰਡ ਨਹੀਂ ਕਰਨਾ ਚਾਹੀਦਾ। ਬਿਲਕੁਲ ਜੀ, ਹਾਜ਼ਰ ਹੋ ਚੁੱਕੇ ਤੁਹਾਡੇ ਆਪਣੇ ਦੋਸਤ ਮਨਪ੍ਰੀਤ ਤੁਹਾਡੇ ਆਪਣੇ ਚੈਨਲ ਯੈਸ ਟੀਵੀ ਤੇ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ, ਕਈ ਵਾਰੀ ਸਾਡੇ ਕੋਲ ਥੋੜਾ ਹੀ ਹੋਵੇ ਨਾ, ਆਪਾਂ ਬਹੁਤ ਘਮੰਡ ਕਰਦੇ ਹਾਂ ਕਿ ਹਾਏ ਸਾਡੇ ਕੋਲ ਇਹ ਹੈਗਾ। ਸਾਨੂੰ ਕਦੇ ਵੀ ਕਿਸੇ ਵੀ ਚੀਜ਼ ਦਾ ਘਮੰਡ ਨਹੀਂ ਕਰਨਾ ਚਾਹੀਦਾ ਹੈ। ਕੋਈ ਵੀ ਚੀਜ਼ ਜਦੋਂ ਆਉਂਦੀ ਹੈ ਤਾਂ ਵੀ ਪਤਾ ਨਹੀਂ ਲੱਗਦਾ, ਜਦੋਂ ਜਾਂਦੀ ਹੈ ਤਾਂ ਵੀ ਪਤਾ ਨਹੀਂ ਲੱਗਦਾ। ਇਸ ਲਈ ਜੇਕਰ ਆਪਾਂ ਘਮੰਡ ਕਰਾਂਗੇ ਤਾਂ ਸਾਡੇ ਕੋਲ ਜੋ ਹੈ ਕੀ ਪਤਾ ਕੱਲ ਉਹ ਨਾ ਹੋਵੇ, ਔਰ ਜਿਹਦੇ ਕੋਲ ਉਹ ਚੀਜ਼ ਨਾ ਹੋਵੇ ਕੀ ਪਤਾ ਕੱਲ ਨੂੰ ਉਹਦੇ ਕੋਲ ਡਬਲ ਹੋ ਜਾਏ। ਇਸ ਲਈ ਸਾਨੂੰ ਕਦੇ ਵੀ ਕਿਸੇ ਵੀ ਚੀਜ਼ ਦਾ ਘਮੰਡ ਨਹੀਂ ਕਰਨਾ ਚਾਹੀਦਾ, ਤਾਂ ਹੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਾਂਗੇ। ਇਸੀ ਵੀਡੀਓ ਦੇ ਨਾਲ ਦੋਸਤੋ ਮੈਂ ਤੁਹਾਡੇ ਕੋਲ ਇਜਾਜ਼ਤ, ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ। ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।